ਹਾਂਜੀ ਰਾਂਝਾ ਸਾਹਿਬ ਇਹ ਸ਼ੁਏਬੇਬਾਨ ਟ੍ਰੇਨ ਹੈ ਜਾਂ ਵੁਪਰਤਾਲ ਸ਼ੁਏਬੇ ਟ੍ਰੇਨ ਵੁਪਰਤਾਲ ਇਹ ਦੁਨੀਆ ਦੀ ਸਭ ਤੋਂ ਪੁਰਾਣੀ ਜਿਹੜੀ ਇਹਨਾਂ ਮਤਲਬ ਲਟਕਣ ਵਾਲੀ ਟ੍ਰੇਨ ਹੈ ਅਤੇ ਹੁਣ ਤਾਂ ਇੱਥੇ ਹੋਰ ਵੀ ਸ਼ਹਿਰਾਂ ਵਿੱਚ ਵੀ ਆ ਗਈ ਡਿਜ਼ਲਡੋਫ ਵਿੱਚ ਵੀ ਅਤੇ ਚਾਈਨਾ ਜਪਾਨ 'ਚੋਂ ਵੀ ਆ ਗਈ ਹੈ ਲੇਕਿਨ ਇਹ ਦੁਨੀਆ ਦੀ ਸਭ ਤੋਂ ਪਹਿਲੀ ਅਤੇ ਪੁਰਾਣੀ ਮਤਲਬ ਲਟਕਣ ਵਾਲੀ ਟ੍ਰੇਨ ਹੈ ਜਿੱਥੇ ਦੁਨੀਆ ਦੀ ਅਜੇ ਸੋਚ ਨਾ ਹੀ ਇੰਜ ਦੀ ਤਾਂ ਉੱਥੇ ਜਰਮਨੀ ਇਹ ਟ੍ਰੇਨ ਬਣਾ ਚੁੱਕੀ ਜੀ ਜੀ ਬਿਲਕੁਲ ਅੱਜ ਤਾਂ ਹਰ ਮੁਲਕ ਬਣਾਈ ਜਾਂਦਾ ਹੈ ਇਹ ਵੇਖੋ ਤੁਸੀਂ ਆ ਗਈ ਇਸ ਸਾਈਡ ਤੇ ਅਤੇ ਹੁਣ ਤੁਹਾਨੂੰ ਇਸ ਟ੍ਰੇਨ ਦੀ ਥੋੜ੍ਹੀ ਸੈਰ ਕਰਾਉਂਦੇ ਹਾਂ ਉਂਝ ਇਹ ਟ੍ਰੇਨ ਇੱਕ ਵਾਰੀ ਡਿੱਗੀ ਵੀ ਆਈ ਹੈਨਾ ਇੱਕ ਟ੍ਰੇਨ ਨਾਲ ਹਾਦਸਾ ਹੋਇਆ ਸੀ ਹਾਂ ਇੱਕ ਦਫ਼ਾ ਰਾਂਝਾ ਸਾਹਿਬ ਦਾ ਹਾਦਸਾ ਹੋਇਆ ਸੀ ਇਹਦੇ ਨਾਲ ਅਤੇ ਲੇਕਿਨ ਇਹ ਕਿ ਕਾਫੀ ਮਜ਼ਬੂਤ ਕੇ ਸਿਸਟਮ ਕੀਤੇ ਹਨ ਲਟਕ ਰਹੀ ਹੈ ਅਸਲਾਮ ਅਲੈਕਮ ਸੁਣਿਓ ਕੀ ਹਾਲ ਹੈ ਠੀਕ ਸੁਣਿਓ ਅਸੀਂ ਆਏ ਹਾਂ ਇਸ ਵੀਕਐਂਡ ਤੇ ਆਪਣਾ ਕਜ਼ਨ ਹੈ ਅਸਕਰ ਰਾਂਝਾ ਡੂਜ਼ਲਡੋਰ ਤੇ ਜਿਸ ਵੇ ਵੀ ਅਸੀਂ ਇੱਕ ਦੂਜੇ ਕੌਮ ਤੇ ਜਾਂਦੇ ਹਾਂ ਤੇ ਅਸੀਂ ਫਿਰ ਜਿਹੜਾ ਦਿਨੇ ਨਿਕਲ ਜਾਂਦੇ ਹਾਂ ਥੋੜ੍ਹਾ ਵਾਰੇਗਰਦੀ ਕਰਨ ਚੀਜ਼ਾਂ ਵੇਖਣ ਤੇ ਡੂਜ਼ਲਡੋਰਫ ਆਏ ਹੋ ਤੇ ਉਹਦੇ ਨਾਲ ਇੱਕ ਕਸਬਾ ਜਿਸ ਦਾ ਨਾਂ ਹੈ ਉਹ ਵੁਪਰਤਾਲ ਵੁਪਰਤਾਲ ਵਿੱਚ ਇੱਕ ਜਿਹੜੀ ਇਹਨਾਂ ਦੁਨੀਆ ਦੀ ਸਭ ਤੋਂ ਪੁਰਾਣੀ ਟ੍ਰੇਨ ਜਿਹੜੀ ਕਿ ਲਟਕਦੀ ਠੀਕ ਹੈ ਉਹ ਉੱਤੇ ਮਤਲਬ ਲਟਕ ਕੇ ਉਹ ਚੱਲਦੀ ਹੈ ਅਤੇ ਉਹਦੇ ਥੱਲਿਓ ਜਿਹੜਾ ਇੱਕ ਵੁਪਰ ਜਿਹੜਾ ਦਰਿਆ ਹੈ ਨਾ ਦਰਿਆ ਵੁਪਰ ਉਹਦੇ ਉੱਤੇ ਉੱਤੇ ਉਹ ਜਾਂਦੀ ਹੈ ਇਹ ਟ੍ਰੇਨ ਜਿਹੜੀ ਹੈ ਨਾ ਇਹ 19ਵੀਂ ਸਦੀ ਦੇ ਜਿਹੜਾ ਨਾ ਆਖਰ ਵਿੱਚ ਇਹ ਬਣਾਈ ਗਈ ਸੀ 1898 ਵਿੱਚ ਇਹ ਸ਼ੁਰੂ ਹੋਈ ਸੀ ਇਹਦੀ ਕੰਸਟਰਕਸ਼ਨ ਅਤੇ ਇਹ 1 ਮਾਰਚ 1901 ਵਿੱਚ ਇਹ ਮੁਕੰਮਲ ਹੋ ਗਈ ਸੀ ਅਤੇ ਇਹਦੇ ਇਸ ਨੂੰ ਡਿਜ਼ਾਇਨ ਕਰਨ ਵਾਲਾ ਜਿਹੜਾ ਇੰਜੀਨੀਅਰ ਆਈ ਉਹਦਾ ਨਾਂ ਆਈ ਔਗਨ ਲਾਂਗਨ ਠੀਕ ਹੈ ਅਤੇ ਜਿਸ ਕੰਪਨੀ ਇਹ ਬਣਾਈ ਆਈ ਇਹ ਮਤਲਬ ਕਿ ਟ੍ਰੇਨ ਔਰ ਇਹਦੀ ਪਟੜੀ ਜਿਹੜੀ ਉੱਤੇ ਜੇ ਮਤਲਬ ਲਟਕ ਰਹੀ ਹੈ ਉਹਦਾ ਨਾਂ ਆਈ ਸ਼ੁਕਰਟ ਐਂਡ ਕੰਪਨੀ ਠੀਕ ਹੈ ਅਤੇ ਇਸ ਦਾ ਡਿਜ਼ਾਇਨ ਇਸ ਵਾਸਤੇ ਬਣਾਇਆ ਗਿਆ ਸੀ ਕਿ ਜਿਹੜਾ ਵੁਪਰਤਾਲ ਕਸਬਾ ਨਾ ਇਹ ਥੋੜ੍ਹਾ ਪਹਾੜੀ ਜਿਹਾ ਹੈ ਠੀਕ ਹੈ ਉੱਥੇ ਨਾਰਮਲ ਟ੍ਰੇਨ ਜਿਹੜੀ ਉਹ ਮੁਸ਼ਕਲ ਸੀ ਉਹਨਾਂ ਆਖਿਆ ਕਿ ਚਲੋ ਇਸ ਜਿਹੜਾ ਨਾ ਉੱਥੋਂ ਮਤਲਬ ਇੱਕ ਟ੍ਰੇਨ ਲਾ ਕੇ ਨਾ ਗਾਰਡਰ ਅਤੇ ਉੱਤੇ ਇੱਕ ਲਟਕ ਦੀ ਟ੍ਰੇਨ ਜਿਹੜੀ ਹੈ ਉਹਦੇ ਨਾਲ ਮਸਲਾ ਜਿਹੜਾ ਟਰਾਂਸਪੋਰਟ ਦਾ ਹੱਲ ਕਰ ਲੈਂਦੇ ਹਾਂ ਅਤੇ ਇਸ ਦਿਨ ਤਕਰੀਬਨ 20 ਸਟਾਪ ਨੇ ਔਰ ਤਕਰੀਬਨ 13.3 ਕਿਲੋਮੀਟਰ ਇਹ ਲੰਬੀ ਹੈ ਔਰ ਇਹ ਦਰਿਆ ਦੇ ਉੱਤੇ ਉੱਤੇ ਜਾਂਦੀ ਹੈ ਅਤੇ ਥੱਲੇ ਇਹਦੇ ਦਰਿਆ ਹੈ ਅਤੇ ਬਾਜ਼ ਜਗ੍ਹਾ 'ਤੇ ਸੜਕਾਂ ਵੀ ਥੱਲੇ ਉਹ ਲੱਗਦੀਆਂ ਨੇ ਪੋਲ ਨੇ ਅਤੇ ਨਜ਼ਾਰਾ ਬੜਾ ਪਿਆਰਾ ਇਸ ਦਾ ਅਤੇ ਅਸੀਂ ਤਕਰੀਬਨ ਜਿਹੜਾ ਇੱਕ ਸਾਈਡ ਤੋਂ ਲੈ ਕੇ ਦੂਜੀ ਸਾਈਡ ਗਏ ਹਾਂ ਫਿਰ ਵਾਪਸ ਆਏ ਹਾਂ ਅਤੇ ਇੰਜ ਅਤੇ ਝੂਲੇ ਮਾਰ ਦਈਏ ਅਤੇ ਬੰਦਾ ਇੰਜੋਏ ਵੀ ਕਰਦਾ ਪੂਰਾ ਸ਼ਹਿਰ ਵੀ ਜਿਹੜਾ ਕਾਫੀ ਜਿਹੜਾ ਤਾਰੀਖੀ ਸ਼ਹਿਰ ਹੈ ਵੁਪਰਤਾਲ ਅਤੇ ਨਾਲ ਨਾਲ ਪਹਾੜੀਆਂ ਉੱਤੇ ਜਿਹੜਾ ਪੁਰਾਣੀਆਂ ਬਿਲਡਿੰਗਾਂ ਬੜੀਆਂ ਸੋਹਣੀਆਂ ਬਿਲਡਿੰਗਾਂ ਨੇ ਅਤੇ ਅੱਜ ਉਹ ਦੁਆਨ ਅਸੀਂ ਵਿਖਾਉਂਦੇ ਹਾਂ ਅਤੇ ਮੀਂਹ ਦੇ ਦੁਆਨ ਪਸੰਦ ਉਸ ਸੀ ਅਤੇ ਪਸੰਦ ਆਵੇ ਅਤੇ ਚਲੋ ਲਾਈਕ ਕਰ ਛੱਡਿਆ ਅੱਜ ਦੇਰ ਕੀ ਗਏ ਅਤੇ ਆਓ ਫਿਰ ਅੱਜ ਵੇਖਦੇ ਹਾਂ ਅਤੇ ਕਿ ਲਟਕ ਦੀ ਜਿਹੜੀ ਟ੍ਰੇਨ ਹੈ ਜਰਮਨੀ ਵਿੱਚ ਉਹ ਵੁਪਰਤਾਲ ਜਿਸ ਨੂੰ ਆਖਦੇ ਨੇ ਸ਼ੁਏਬੇ ਬਾਨ ਠੀਕ ਹੈ ਸ਼ੁਏਬਾ ਦਾ ਮਤਲਬ ਹੁੰਦਾ ਕਿ ਜਿਹੜੀ ਝੂਲੇ ਮਾਰ ਰਹੀ ਹੋਵੇ ਅਤੇ ਬਾਨ ਦਾ ਮਤਲਬ ਟ੍ਰੇਨ ਝੂਲੇ ਮਾਰ ਦੀ ਟ੍ਰੇਨ ਠੀਕ ਹੈ ਅਤੇ ਚਲੋ ਆਓ ਫਿਰ ਵੇਖਦੇ ਹਾਂ
ਫੋਰ